ਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਦੰਦਰ ਸਾਭੀ ਰਾਸ਼ਟ ਮੰਡਲ ਖੇਡਾਂ ਦੇ ਵਿੱਚੋਂ ਪਾਤ ਲਈ ਚਾਂਦੀ ਦਾ ਤਗਮਾ ਲੈ ਕੇ ਵਾਪਸ ਪਰਤੇ ਰਜਿੰਦਰ ਸਿੰਘ ਰਹਿਲੂ ਕਰਦੇ ਹਨ ਨਾਲ ਇੱਕ ਵਿਸ਼ੇਸ਼ ਮੁਲਾਕਾਤ ਰਹਿਲੂ ਜੀ ਤੁਹਾਡਾ ਸਾਡੇ ਸਟੂਡੀਓ 'ਚ ਆਉਣ ਤੇ ਸਵਾਗਤ ਹੈ ਤੁਹਾਡਾ ਰਾਸ਼ਟ ਮੰਡਲ ਖੇਡਾਂ ਦਾ ਸਫਰ ਕਿਸ ਤਰ੍ਹਾਂ ਦਾ ਰਿਹਾ ਰਾਸ਼ਟ ਮੰਡਲ ਖੇਡਾਂ ਦਾ ਸਫਰ ਬਹੁਤ ਵਧੀਆ ਰਿਹਾ ਇੱਕ ਖਿਡਾਰੀ ਲਈ ਜਦੋਂ ਕਿਸੇ ਕੰਪੀਟੀਸ਼ਨ ਦੇ ਵਿੱਚ ਜਾ ਕਿਸੇ ਈਵੈਂਟ ਦੇ ਵਿੱਚ ਜਾਣਾ ਗਰੁੱਥੇ ਜਾ ਕੇ ਮੈਡਲ ਮਿਲਦਾ ਆਪਣੀ ਬੈਸਟ ਪਰਫਾਰਮੈਂਸ ਦੇ ਦਿੰਦੇ ਆ ਤੇ ਇਸ ਤੋਂ ਵਧੀਆ ਸਫਰ ਨਹੀਂ ਹੋ ਸਕਦਾ ਮੇਰਾ ਇਹ ਬਹੁਤ ਯਾਦਗਾਰ ਬਹੁਤ ਵਧੀਆ ਸਫਰ ਮਨਾਈ ਕਿੰਦਾ ਸੀ ਤੁਸੀਂ ਕਿਹੜੇ weight ਦੇ ਵਿੱਚ ਉੱਥੇ ਜਿਹੜਾ ਕੰਪੀਟੀਸ਼ਨ ਲੜਿਆ ਮੈਂ ਸਾਡੇ ਦੀ ਪਾਵਰ ਲਿਫਟਿੰਗ ਆ ਕਾਮਨਵੈਲਥ ਵਿੱਚ ਉਹਦੇ ਵਿੱਚ ਦੋਈ categories ਆ ਇੱਕ light weight and heavy weight ਇੱਕ 72- ਤੇ 72+ ਮੈਂ heavy weight ਦੇ ਵਿੱਚ ਕੰਪੀਟ ਕੀਤਾ ਉਹਦੇ ਵਿੱਚ ਸਾਰੇ body weightਾਂ ਦੇ ਖਿਡਾਰੀਆਂ ਨੇ ਹਿੱਸਾ ਲੈਣਾ ਹੁੰਦਾ ਆ ਔਰ ਬਾਅਦ ਵਿੱਚ ਉਹਨਾਂ ਨੂੰ ਪੁਆਇੰਟ ਦੇ ਅਸਤੇ ਮੈਡਲ ਦਿੱਤਾ ਜਾਂਦਾ ਆ ਕਿੰਨੇ ਕੰਪਿਟੀਟਰਸ ਕੋ ਤੁਹਾਡੇ ਸਪੋਰਟ ਹ ਮੇਰੇ ਵੇਟ ਦੇ ਵਿੱਚ 11 ਬੰਦੇ ਸੀ ਅੱਛਾ ਜੀ ਤਾਂ ਹਾਈਐਸਟ ਤੁਸੀਂ ਜਿਹੜਾ ਜਿਹੜਾ ਤੁਹਾਡੇ ਵੇਟ ਚ ਉਹ ਕਿੰਨਾ ਜਿਹੜਾ 골ਡ ਮੈਡਲ ਜਿੰਨ ਲਈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਕਿ ਇਹਦੇ ਵਿੱਚ ਬੋਡੀ ਵੇਟ ਦੇ ਹਿਸਾਬ ਨਾਲ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਜਿਹੜੇ ਬੰਦੇ ਨੇ 골ਡ ਲਿਆ ਉਹਦਾ 95 ਕਿਲੋ ਭਾਰ ਸੀਗਾ ਤੇ ਉਹਨੇ 224 ਦੀ ਵੈਂਚ ਚ ਉੱਤਸ ਲਾਈਆ ਪਾਵਰ ਲਿਫਟਿੰਗ ਮੇਰਾ ਭਾਰ 72 ਕਿਲੋ ਸੀ 72 ਕਿਲੋ 400 ਗ੍ਰਾਮ ਤੇ 185 ਕਿਲੋ ਕਰੀ ਹੋਰ ਇੰਡੀਆ ਦੇ ਵਿੱਚੋਂ ਕਿੰਨੇ ਜਿਹੜੇ ਪੈਰਾਸਪੋਰਟ ਦੇ ਵਿੱਚ ਅਥਲੀਟ ਗਏ? ਹਾਂਜੀ ਪੈਰਾ ਦੀ ਟੀਮ ਜਿਹੜੀ ਸਦਾ 6 ਖਿਡਾਰੀ ਸੀ ਟੋਟਲ। ਅੱਛਾ। ਉਹਦੇ ਵਿੱਚੋਂ ਇੱਕ 스ਵੀਮਰ ਸੀ। ਇਹ ਦੋ 스ਵੀਮਰ ਸੀਗੇ, ਇੱਕ ਐਥਲੈਟਿਕਸ ਸੀਗਾ ਤੇ ਤਿੰਨ ਪਾਵਰ ਲਿਫਟਰ ਸੀ ਸੀ। ਜਿਹਦੇ ਵਿੱਚੋਂ ਇੱਕ ਪਾਵਰ ਲਿਫਟਰ ਲੜਕੀ ਆ ਸਕੀਨਾ ਖਾਤਮ ਬੈਸਟ ਬੰਗਾਲ ਦੀ। ਉਹਦਾ ਬ੍ਰੌਂਜ਼ ਮੈਡਲ ਪਿਆ। ਲਾਈਟ ਵਿਚ। ਤਾਂ ਇੰਡੀਆ ਦੇ ਵਿੱਚ ਜਿਹੜੀ ਆ ਤੁਹਾਡੀ ਜਿਹੜੀ ਗੇਮ ਆ ਪੈਰਾਸਪੋਰਟਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਂਦਾ? ਹੁਣ ਕਹਿ ਸਕਦੇ ਆ ਵੀ ਅੱਜ ਦੇ ਦੌਰ 'ਚ ਥੋੜਾ ਫਰਕ ਆ। ਪਰ ਪਹਿਲਾਂ ਬਿਲਕੁਲ ਨਸੀਬਤ ਦਾ ਪਹਿਲਾਂ ਜਿਹੜੀ ਡਿਸੇਬਲ ਜਾਂ ਪੈਰਾਓਲੰਪਿਕ ਖੇਡਾ ਸੀ ਇਹਨਾਂ ਨੂੰ ਇੱਕ ਤਰਸ ਦੇ ਆਧਾਰ ਤੇ ਦੇਖਿਆ ਜਾਂਦਾ ਸੀਗਾ ਕਿ ਅਗਰ ਇਹ ਖਿਡਾਰੀ ਖੇਡ ਕੇ ਮੈਡਲ ਲੈ ਕੇ ਆਇਆ ਉਹ ਇਹ ਸਮਝਦੇ ਸੀ ਵੀ ਚਲੋ ਇਹਦੀ ਲਾਈਫ ਲਈ ਜਾ ਇਹਦੇ ਲਈ ਵਧੀਆ ਗੱਲ ਆ ਪਰ ਅੱਜ ਜੋ ਜਿਹੜਾ ਸਟੈਂਡਰਡ ਆ ਉਹ ਚੇਂਜ ਹੋ ਗਿਆ ਅੱਜ ਸਾਰੀਆਂ ਸਟੇਟਾਂ ਦੇ ਵਿੱਚ ਔਰ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਵਿੱਚ ਤੇ ਸੈਂਟਰ ਦੇ ਵਿੱਚ ਕੈਸ਼ ਪ੍ਰਾਈਜ਼ ਬਰਾਬਰ ਆ ਦੇਦੀ ਉਹਨਾਂ ਕੋ ਸੈਂਟਰ ਪਾਲਿਸੀ ਆ ਉਹਦੇ ਵਿੱਚ ਪੈਰਾਓਲੰਪਿਕ ਤੇ ਓਲੰਪਿਕ ਸੇਮ ਕੈਸ਼ ਪ੍ਰਾਈਜ਼ ਆ ਹਰਿਆਣੇ ਦੀ ਵਿੱਚ ਪਾਲਿਸੀ ਆ ਹਰਿਆਣੇ ਦੇ ਵਿੱਚ ਜਿਹੜਾ ਕੈਸ਼ ਪ੍ਰਾਈਜ਼ ਆ ਉਹ ਬਰਾਬਰ ਆ ਔਰ ਉਹਨਾਂ ਨੇ ਮੈਂ ਪਾਲਿਸੀ ਪੜੀ ਆ ਉਹਦੇ ਵਿੱਚ ਲਿਖਿਆ ਸਾਫ ਓਲੰਪਿਕ ਪੈਰਾਓਲੰਪਿਕ ਏਸ਼ੀਆ ਗੇਮਾਂ ਪੈਰਾ ਏਸ਼ੀਆ ਗੇਮਾਂ ਮਤਲਬ ਹਰ ਇੱਕ ਜਿਗਰ ਕੀਤਾ ਹੋਇਆ ਆ ਔਰ ਬਰਾਬਰ ਕੈਸ਼ ਪਾਲਿਸੀ ਆ ਤੇ ਪੰਜਾਬ ਸਰਕਾਰ ਆ ਇਹਨਾਂ ਨੇ ਤੁਹਾਡੀ ਜਿਹੜੀ ਗੇਮ ਆਪਣੀ ਸਪੋਰਟਸ ਪਾਲਿਸੀ ਦੇ ਵਿੱਚ ਇੱਕ ਕੰਸਿਡਰ ਕੀਤੀ ਕਿ ਨਹੀਂ ਕੀਤੀ ਇਹ ਪੰਜਾਬ ਸਰਕਾਰ ਦੇ ਵਿੱਚ ਨਹੀਂ ਹਜੇ ਨਹੀਂ ਹੋ ਸਕਿਆ ਉਹਨਾਂ ਨੇ ਪੰਜਾਬ ਸਰਕਾਰ ਦੇ ਵਿੱਚ ਇੱਕ ਟੈਕਨੀਕਲ ਪ੍ਰੋਬਲਮ ਆ ਰਹੀ ਆ ਜਿਹੜੀ ਇਹਨੇ 2010 ਦੇ ਵਿੱਚ ਪਾਲਿਸੀ ਬਣਾਈ ਗਈ ਆ ਸਪੋਰਟਸ ਡਿਪਾਰਟਮੈਂਟ ਵੱਲੋਂ ਉਹਦੇ ਵਿੱਚ ਉਹਨਾਂ ਨੇ ਅੰਗਹੀਣ ਖੇਡਾਂ ਦਾ ਜ਼ਿਕਰ ਕੀਤਾ ਗਿਆ ਵੀ ਅੰਗਹੀਣ ਖੇਡਾਂ ਲਈ ਕੈਸ਼ ਪ੍ਰਾਈਜ਼ ਜਦ ਕਿ ਅੰਗਹੀਣ ਖੇਡਾਂ ਦੇ ਵਿੱਚ ਕੀ ਹੋ ਜਾਂਦਾ ਉਹਦੇ ਵਿੱਚ ਕੋਈ ਵੀ ਸਪੋਰਟਸ ਆ ਸਕਦੀ ਆ ਉਹਦੇ ਰੀਕੋਗਨਾਈਜ਼ ਸਪੋਰਟਸ ਵੀ ਹੋ ਸਕਦੀ ਆ ਤੇ ਜਿਹੜੀ ਬਿਨਾ ਅਨਰੀਕੋਗਨਾਈਜ਼ ਗੇਮ ਆ ਵੀ ਹੋ ਸਕਦੀ ਆ ਜੇ ਉਹਦੇ ਅੰਗਰੇਜ਼ ਗੇਮਾਂ ਦੀ بجائے ਪੈਰਾ ਲੰਪਿਕ ਗੇਮਾਂ ਲਿਖਿਆ ਜਾਣ ਤੇ ਮੇਰੇ ਖਿਆਲ ਚ ਵਧੀਆ ਆਊਗਾ ਤੇ ਉਹਦੇ ਵਿੱਚ ਰਿਕੋਗਨਾਈਜ਼ ਗੇਮਾਂ ਹੋਣੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਖੇਡੀਆਂ ਜਾਂਦੀਆਂ ਉਹ ਤਾਂ ਫਿਰ ਤੁਹਾਨੂੰ ਨੁਕਸਾਨ ਵੀ ਬਹੁਤ ਹੋਇਆ ਹੋਊਗਾ ਕਿ ਤੁਹਾਡੀ ਜਿਹੜੀ ਪ੍ਰਾਈਜ਼ ਮਨੀ ਟੂਰ ਇਹ ਟੂਰਨਾਮੈਂਟਾਂ ਦੀ ਜਿਹੜੀ ਹੈ ਹੀ ਆ ਹਾਂ ਪਰਸਨਲੀ ਜੇ ਦੇਖਿਆ ਜਾਵੇ ਮੇਰਾ ਕਾਫੀ ਨੁਕਸਾਨ ਆ 2007 ਦੇ ਵਿੱਚ ਪਹਿਲੀ ਪਾਲਸੀ ਬਣੀ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਹੈਂਡੀਕੈਪ ਖੇਡਾਂ ਲਿਖਿਆ ਸੀ ਪਰ ਜਦੋਂ ਮੈਂ ਆਪਣੇ ਆ ਕੈਸ਼ ਪ੍ਰਾਈਜ਼ ਵਾਸ ਅਪਲੀਕੇਸ਼ਨ ਦਿੱਤੀ 2007 ਤੋਂ ਬਾਅਦ ਜਿਹੜੇ ਮੈਡਲ ਸੀ ਮੇਰੇ ਖਿਆਲ ਚ ਲਗਭਗ ਕੋਈ 25-30 ਲੱਖ ਰੁਪਏ ਮੇਰਾ ਉਸ ਪਾਲਿਸੀ ਦੇ ਹਿਸਾਬ ਨਾਲ ਬਣਦਾ ਸੀਗਾ ਜਦੋਂ ਮੈਂ ਅਪਲੀਕੇਸ਼ਨ ਦਿੱਤੀ ਤਾਂ ਉਹਨਾਂ ਨੇ ਮੈਨੂੰ ਇਹ ਕਰਕੇ ਰਿਜੈਕਟ ਕਰਤਾ ਕਿ ਤੁਹਾਡੀ ਗੇਮ ਜਿਹੜੀ ਸਾਡੀ ਪਾਲਿਸੀਜ਼ ਨਹੀਂ ਕਿਉਂਕਿ ਉਹ ਜਿਹੜੀ ਆ ਗੇਮ ਆ ਉਹ ਸਿਰਫ 올림픽 ਦੀ ਲਿਸਟ ਚੋਂ ਚੈੱਕ ਕਰ ਰਹੇ ਵੇ ਇਹ ਲੱਪੇ ਚ ਹੈ ਕਿ ਨਹੀਂ ਹੈ ਜਦਕਿ ਮੇਰੀ ਗੇਮ ਜਿਹੜੀ ਉਹ ਪੈਰਾਓਲੰਪਿਕ ਦੀ ਹੈ ਉਹ 올림픽 ਲਿਸਟ ਚੋਂ ਨਹੀਂ ਮੈਣੀ ਇਸ ਕਰਕੇ ਮੈਂ ਅਸੀਂ ਸਾਰੇ ਜਿਹੜੇ ਪਲੇਅਰ ਹੈ ਉਹ ਚਾਹੁੰਦੇ ਆ ਕਿ ਜਿੱਥੇ ਹੈਂਡੀਕਾਪ ਖੇਡਾਂ ਲਿਖਿਆ ਆ ਅੰਘੀਰ ਖੇਡਾ ਲਿਖਿਆ ਉੱਥੇ ਪੈਰਾਪਲੰਪੀ ਖੇਡਾ ਲਿਖ ਦੋ ਸਾਰੇ ਮਸਲੇ ਸੋਲਵ ਹੋ ਜਾਣਗੇ ਸਰਕਾਰ ਨੇ ਕਦੀ ਇਸ ਬਾਰੇ ਰਿਪ੍ਰੇਜ਼ੇਸ਼ਨ ਦੇ ਬਾਰੇ ਸੋਚਿਆ ਨਹੀਂ ਤੁਹਾਡੇ ਬਾਰੇ ਇਹਨਾਂ ਨੇ ਆ ਸਰਕਾਰ ਨੂੰ ਪਹਿਲਾਂ ਤਾਂ ਮੈਂ ਅ ਅਜੀਤ ਵੈਬ ਟੀਵੀ ਦੇ ਥਰੂ ਉਹਨਾਂ ਨੂੰ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੇਰੇ ਅਰਜਨਾ ਵਾਰਡ ਅਤੇ 올림픽 ਮੈਡਲ ਦਾ ਮਾਨ ਰੱਖਦੇ ਹੋયા ਮੈਨੂੰ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਐਜੇ ਜੂਨੀਅਰ ਕੋਚ ਨਿਯੁਕਤ ਕੀਤਾ ਮਤਲਬ ਕੈਬਨਟ ਕਾਉਂਸਲ ਦੇ ਵਿੱਚ ਮੇਰਾ ਇਹ ਕੇਸ ਪਾਕਿਸਤਾਨ ਸੀਗਾ ਉਹਦੇ ਵਿੱਚ ਮੈਂ ਨੋਮੀਨਾ ਜਿਹੜਾ ਰੁਜ਼ਗਾਰ ਦਿੱਤਾ ਸਭ ਤੋਂ ਵੱਡਾ ਮੈਂ ਮੰਨਦਾ ਵੀ ਉਹ ਮੇਰੇ ਲਈ ਇਹਨਾਂ ਨੇ ਕਦਮ ਚੁੱਕਿਆ ਪਰ ਬਹੁਤ ਸਾਰੀਆਂ ਕਮੀਆਂ ਹੈਗੀਆਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਾ ਕੈਸ਼ ਪ੍ਰਾਈਜ਼ ਦੇ ਵਿੱਚ ਮੇਰਾ 25-30 ਲੱਖ ਰੁਪਏ ਪਹਿਲਾਂ ਜਿਹੜਾ ਬਣਦਾ ਸੀ ਉਹ ਮੇਰਾ ਨਹੀਂ ਹੋ ਰਿਹਾ ਕਿਉਂਕਿ ਉਹ ਟੈਕਨੀਕਲ ਪੁਆਇੰਟ ਆ ਜਦਕਿ ਅਗਰ ਐਜੇ ਖਿਡਾਰੀ ਦੇਖਿਆ ਜਾਵੇ ਤਾਂ ਮੇਰਾ ਹੱਕ ਬਣਦਾ ਪਰ ਉਹ ਟੈਕਨੀਕਲ ਨਾਕਸ ਆਉਂਡ ਕਰਕੇ ਮੇਰਾ ਨੁਕਸਾਨ ਹੋ ਰਿਹਾ ਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਆਉਂਦਾ ਨਹੀਂ ਮੈਨੂੰ ਅਰਜਨਾ ਵਾਰਡ ਤੇ ਮਿਲ ਗਿਆ ਲੇਕਿਨ ਜਿਹੜੀ ਜਿਹੜੀ ਸਟੇਟ ਪ੍ਰੋਬਲਮਾਂ ਖਿਰ ਰਹੇ ਆ ਜਿਹੜਾ ਉਹਦਾ ਹਾਈएस्ट ਰਿਵਾਰਡ ਉਹ ਅਜੇ ਤੱਕ ਨਹੀਂ ਮਿਲਿਆ ਐ ਬਿਲਕੁਲ ਇਹ ਤਾਂ ਹੈ ਹੀ ਆ ਕਿ ਅਗਰ ਸੈਂਟਰ ਸਰਕਾਰ ਆ ਮਤਲਬ ਕੇਂਦਰ ਦੀ ਸਰਕਾਰ ਉਹ ਸਾਨੂੰ ਇਕੁਅਲ ਮੰਨ ਰਹੀ ਆ ਜਾਂ ਸਾਡੀ ਹਰਿਆਣਾ ਆ ਆਪਾਂ ਸਟੇਟ ਦਾ ਉਹਦੇ ਵਿੱਚ ਉਹ ਮੰਨ ਰਿਆ ਤਾਮਿਲਨਾਡੂ ਦੇ ਵਿੱਚ ਆ ਆਪਣੇ ਕਰਨਾਟਕਾ ਚ ਲੈ ਲਈਏ ਇਹ ਸਟੇਟਾ ਜਿਹੜੀਆਂ ਉਹ ਖਿਡਾਰੀ ਨੂੰ ਇਕੁਅਲ ਮੰਨ ਰਿਆ ਪਰ ਸਾਡੇ ਇੱਥੇ ਮੰਨ ਇਹ ਮੈਨੂੰ ਪਤਾ ਨਹੀਂਗਾ ਵੀ ਸ਼ਾਇਦ ਇਹ ਉਹ ਉੱਥੇ ਤੱਕ ਆਵਾਜ਼ ਸਾਡੀ ਨਹੀਂ ਪਹੁੰਚ ਸਕੀ ਤੇ ਮੈਨੂੰ ਲੱਗਦਾ ਕਿ ਹੁਣ ਜੀਤ ਵੈਬ ਦੇ ਥਰੂ ਮੈਂ ਜ਼ਰੂਰ ਉੱਥੇ ਤੱਕ ਆਵਾਜ਼ ਆਪਣੀ ਮੇਰੀ ਜਾਊਗੀ ਬਿਲਕੁਲ ਤੁਹਾਡੀ ਆਵਾਜ਼ ਪਹੁੰਚਾਵਾਂਗੇ ਅਸੀਂ ਅਰੇ ਲੁਜੀ ਤੁਸੀਂ ਜਿਹੜੀ ਗੇਮ ਜਿਹੜੀ ਆ ਇਹ ਜਿਹੜੀ ਸ਼ੁਰੂ ਕੀਤੀ ਆ ਇਹ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆਇਆ ਵੀ ਮੈਂ ਇਹ ਗੇਮ ਸ਼ੁਰੂ ਕਰਾਂ ਸੋ ਇਹ ਬਹੁਤ ਵੱਡਾ ਟਰਨਿੰਗ ਪੁਆਇੰਟ ਆ ਜਦੋਂ ਮੈਂ ਗੇਮ ਸ਼ੁਰੂ ਕੀਤੀ ਆ ਤੇ ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਮੈਂ ਪਲੱਸ 2 ਕਰ ਪ੍ਰਾਈਵੇਟ ਪਲੱਸ 2 ਕੀਤੀ ਕਿਉਂਕਿ ਮੇਰਾ ਜਾਣਾ ਹੋਣਾ ਬਾਹਰ ਥੋੜਾ ਮੁਸ਼ਕਲ ਸੀਗਾ ਤੇ ਮੈਂ ਜਦੋਂ ਪਲੱਸ 2 ਕਰਨ ਤੋਂ ਬਾਅਦ ਫ੍ਰੀ ਹੋ ਗਿਆ ਤੇ ਮੈਨੂੰ ਆਈਡੀਆ ਨਹੀਂ ਸੀ ਮੈਂ ਕੀ ਕਰਨਾ ਪਰ ਮੇਰੇ ਮਨ ਚ ਸੀ ਕਿ ਕੁਝ ਅਲੱਗ ਕੀਤਾ ਜਾਵੇ ਲਾਈਫ ਲਈ ਕੁਝ ਬੰਡ ਕਰਨਾ ਪਰ ਪਤਾ ਨਹੀਂ ਸੀਗਾ ਮੇਰੇ ਫਰੈਂਡ ਸੀ ਸੁਰਿੰਦਰ ਸਿੰਘ ਰਾਣਾ ਉਹ ਪਾਵਰ ਲਿਫਟਿੰਗ ਦੇ ਜਨਰਲ ਆਮਖੜਾ ਜਿਹੜੇ ਚੈਨਲ ਆ ਉਹਨਾਂ ਦੇ ਪਾਵਰ ਲਿਫਟਿੰਗ ਦੇ ਚੈਂਪੀਅਨ ਆ ਪੰਜਾਬ ਦੇ ਬਸ ਐਸੀ ਗੱਲ ਕਰਦੇ ਕਰਦੇ ਉਹ ਇੱਕ ਦਿਨ ਮੈਂ ਕਾਰ ਬੈਠਾ ਸੀ ਉਹ ਆਏ ਤੇ ਮੈਨੂੰ ਕਹੇ ਬੈਠੋ ਗੱਲਬਾਤ ਆਈ ਉਸ ਤੋਂ ਬਾਅਦ ਜਾਣ ਲੱਗੇ ਕਹਿੰਦੇ ਮੈਂ ਚੱਲਾਂ ਜਸਟ ਉਹਨੂੰ ਮੈਂ ਰੋਕਣ ਵਾਸਤੇ ਉਹਨੂੰ ਪੁੱਛ ਲਿਆ ਉਹ ਕਹਿੰਦੇ ਮੈਂ ਟ੍ਰੇਨਿੰਗ ਕਰਨੀ ਸੌਰੀ ਜਾਣ ਲੱਗੇ ਕਹਿੰਦੇ ਮੈਂ ਮੇਰੇ ਟ੍ਰੇਨਿੰਗ ਦਾ ਟਾਈਮ ਹੋ ਗਿਆ ਮੈਂ ਟ੍ਰੇਨਿੰਗ ਕਰ ਰਿਹਾ ਤੇ ਮੈਂ ਉਹਨਾਂ ਨੂੰ ਬਿਠਾਣਾਂ ਬਾਅਦ ਪੁੱਛਿਆ ਯਾਰ ਕੀ ਹੁੰਦੀ ਹੈ ਤੁਹਾਡੀ ਗੇਮ ਕਿਦਾਂ ਆ ਅੱਛਾ ਜਦੋਂ ਉਹਨਾਂ ਨੇ ਮੈਨੂੰ ਐਕਸਪਲੇਨ ਕੀਤਾ ਔਰ ਬੈਂਚ ਪ੍ਰੈਸ ਐਕਸਪਲੇਨ ਕੀਤੀ ਵੀ ਐਦਾਂ ਬੈਂਚ ਪ੍ਰੈਸ ਹੁੰਦੀ ਆ ਤੇ ਮੇਰੇ ਘੈਂਟੀ ਖੜਕੀ ਯਾਰ ਮੈਂ ਕਹਾ ਯਾਰ ਇਹ ਬੈਂਚ ਪ੍ਰੈਸ ਮੈਂ ਨਹੀਂ ਕਰ ਸਕਦਾ ਅੱਛਾ ਕਿਉਂਕਿ ਬੈਂਚ ਦੇ ਉੱਤੇ ਪਾ ਕੇ ਲੱਤਾਂ ਦਾ ਥਲੇ ਗ੍ਰਿਪ ਬਣਾਉਣਾ ਹੁੰਦਾ ਗ੍ਰਿਪ ਬਣਾਉਣਾ ਹੁੰਦਾ ਤੇ ਉਹਦੇ ਕਰਕੇ ਤੂੰ ਕਰ ਨਹੀਂ ਸਕਦਾ ਬਸ ਦੈਟਸ ਆਲ ਮੈਨੂੰ ਪਤਾ ਨਹੀਂ ਸਦਾ ਮੈਂ ਹੁਣ ਕੀ ਕਹਾਂ ਜਦੋਂ ਉੱਠ ਕੇ ਚੱਲੇ ਹੂੰ ਦਰਵਾਜ਼ੇ ਤੋਂ ਨਿਕਲਣ ਲੱਗੇ ਪਤਾ ਨਹੀਂ ਕੀ ਦਿਮਾਗ ਚ ਆਇਆ ਕਹਿੰਦੇ ਰਜਿੰਦਰ ਤੂੰ ਆ ਜਾਈਂ ਆਪਾਂ ਚੈੱਕ ਕਰ ਲਾਂਗੇ ਚੈੱਕ ਕਰ ਲਾਂਗੇ ਠੀਕ ਹੈ ਇੱਕ ਟਰਨਿੰਗ ਪੁਆਇੰਟ ਸੀਗਾ ਮੈਂ ਉਸ ਤੋਂ ਪਹਿਲਾਂ ਜਮ ਵਿੱਚ ਪਹੁੰਚ ਗਿਆ ਉਹਨੇ ਘਰ ਜਾ ਕੇ ਫਰੈਸ਼ ਹੋਣਾ ਸੀ ਤਾਂ ਮੈਂ ਡਰਕ ਤੁਹਾਡਾ ਇੱਛਾ ਸੀ ਨਾ ਵੀ ਮੈਂ ਕਰਨਾ ਕਰਨਾ ਬਿਲਕੁਲ ਮੈਂ ਉਸੇ ਪਹੁੰਚ ਗਿਆ ਜਦੋਂ ਮੈਂ ਪਹਿਲੇ ਦਿਨ ਹੀ ਉਹਨੇ ਮੈਨੂੰ ਬੈਂਚ ਤੇ ਪਾਇਆ ਔਰ ਹੌਲੀ ਹੌਲੀ ਕਰਾ ਕੇ ਬਿਨਾਂ ਟੱਚ ਸੀ ਮੈਂ ਤੇ ਮੇਰੇ ਕੋਲ 70 ਕਿਲੋ ਸੌਰੀ 70 ਕਿਜੀ ਦੀ ਮੈਂ ਲੈਫਟ ਪਹਿਲੇ ਦਿਨ ਮੈਂ ਕੀਤੀ ਉਸ ਵੇਲੇ ਮੇਰਾ ਪਾਰ ਵੀ ਕੋਈ 40 45 ਕਿਲੋ ਸੀਗਾ ਤੇ ਉਹਨਾਂ ਨੇ ਇਹ ਕਹਿੰਦੇ ਤੂੰ ਇੰਨੀ ਹੁਣ ਕਰ ਰਿਆ ਪਹਿਲੇ ਦਿਨ ਕਰ ਰਿਆ ਤੇ ਤੂੰ ਇਸ ਗੇਮ ਦੇ ਵਿੱਚ ਵਧੀਆ ਕਰ ਸਕਦਾ ਤੂੰ ਜੇਕਰ ਮਿਹਨਤ ਕੀਤੀ ਜਾਵੇ ਔਰ ਉਹ ਸ਼ਬਦ ਜਿਹੜੇ ਮੇਰੇ ਅਜੇ ਤ ਔਰ ਮੈਂ ਉਹ ਵਧੀਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਬਿਲਕੁਲ ਬਿਲਕੁਲ ਅੱਛਾ ਡਾਈਟ ਜਿਹੜੀ ਤੁਸੀਂ ਆ ਉਹ ਕਿਸ ਤਰੀਕੇ ਨਾਲ ਤੁਹਾਡਾ ਡਾਈਟ ਦਾ ਸ਼ੁਰੂ ਕੀਤਾ ਬਿਲਕੁਲ ਡਾਈਟ ਪਲੇਅਰ ਦੀ ਇੱਕ ਅਲੱਗ ਡਾਈਟ ਹੁੰਦੀ ਆ ਪਰ ਮੈਂ ਕਹਿੰਦ ਵਿੱਚ ਕੋਈ ਸ਼ਰਮ ਨਹੀਂ ਕਰਦਾ ਕਿ ਡਾਈਟ ਮੇਰੀ ਕੋਈ ਪਲਾਨ ਨਹੀਂ ਹੈਗੀ ਉਹਦੀ ਵਜ੍ਹਾ ਇਹ ਆ ਕਿ ਪਹਿਲਾਂ ਤਾਂ ਮੇਰੇ ਕੋਲ ਜੌਬ ਨਹੀਂ ਸੀਗੀ ਜੀ ਔਰ ਜੌਬ ਨਾ ਹੋਣ ਕਰਕੇ ਤੇ ਘਰ ਦੇ ਹਾਲਾਤ ਇਹ ਹੋ ਜਾਂ ਸੀ ਕਿ ਆਪਾਂ ਸਪੈਸ਼ਲ ਡਾਈਟ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਠੀਕ ਹੈ ਜੀ ਹੁਣ ਜੌਬ ਮਿਲ ਗਈ ਆ ਹੁਣ ਘਰ ਦੇ ਰਜਾਈਵੇਂ ਮੇਰੇ ਇੰਨੇ ਗਿਆ ਥੋੜੀ ਜਿਹਾ ਕਿਉਂਕਿ ਮੈਂ ਇੱਕਦਮ ਉੱਠ ਕੇ ਉਥੋਂ ਇੱਥੇ ਪਹੁੰਚਿਆ ਜੀ ਉਹਦੇ ਨਾਲ ਮੈਨੂੰ ਸੈਟਲ ਹੋਣ ਚ ਥੋੜਾ ਟਾਈਮ ਲੱਗਿਆ ਉਹ ਸੈਟਲਮੈਂਟ ਦੇ ਕਰਕੇ ਮੈਂ ਹਜੇ ਵੀ ਪ੍ਰੋਪਰ ਡਾਈਟ ਪਲਾਨ ਨਹੀਂ ਲੈ ਰਿਹਾ ਹਜੇ ਵੀ ਮਤਲਬ ਜਿਹੜੀ ਆ ਜਿਹੜਾ ਤੁਹਾਡਾ ਟ੍ਰੇਨਿੰਗ ਸ਼ਡਿਊਲ ਜਾਂ ਡਾਈਟ ਸ਼ਡਿਊਲ ਆ ਉਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਪਰ ਤੁਸੀਂ ਕਿਸੇ ਤਰੀਕੇ ਨਾਲ ਲੈਣਾ ਬਿਲਕੁਲ ਕਿਉਂਕਿ ਉਹ ਹਜੇ ਵੀ ਉਹ ਇਕਨੋਮਿਕ ਕਿਤੇ ਨਾ ਕਿਤੇ ਫੈਕਟਰ ਜਿਹੜੇ ਆ ਉਹ ਅਸਰ ਕਰਦੇ ਆ ਅਸਰ ਕਰਦੇ ਕੈਂਪਾਂ ਦੇ ਵਿੱਚ ਜਿਹੜੀ ਆ ਉਹ ਡਾਈਟ ਜਿਹੜੀ ਜੋ ਸ਼ਡਿਊਲਡ ਉਹਦੇ ਅਕੋਰਡਿੰਗ ਮਿਲਦੀ ਆ ਕੈਂਪਾਂ ਤੇ ਫਿਰ ਉਹੀ ਗੱਲ ਆ ਜਾਂਦੀ ਸਰਕਾਰ ਦੇ ਕਿ ਮੈਂ ਜਦਾਂ ਸਪੋਰਟਸ ਡਿਪਾਰਟਮੈਂਟ ਵਿੱਚ ਆ ਮੇਰਾ ਨੇਚਰਲੀ ਮੇ ਕੈਂਪ ਦੇ ਵਿੱਚ ਸਿਲੈਕਸ਼ਨ ਆਉਗੀ ਜੇ ਮੈਂ ਇਸ ਲੈਵਲ ਦੀ ਗੇਮ ਕਰਦਾ ਤੇ ਕਾਮਨਵੈਲਥ ਦੇ ਕੈਂਪ ਵਾਸਤੇ ਮੇਰੀ ਗਾਂਧੀ ਨਗਰ ਸਿਲੈਕਸ਼ਨ ਹੋਈ ਸੀ ਜੀ ਉਸ ਤੋਂ ਪਹਿਲਾਂ ਇੱਕ ਕੈਂਪ ਦੀ ਪਹਿਲਾਂ ਗੱਲ ਕਰਦੇ ਆ 2012 ਦੇ ਵਿੱਚ ਮੇਰੀ 올림픽 ਵਾਸਤੇ ਸਿਲੈਕਸ਼ਨ ਹੋਈ ਸੀ ਕਿ ਲੰਡਨ ਦੇ ਵਾਸਤੇ ਲੰਡਨ ਦੇ ਵਿੱਚ ਹੋਈ ਸੀ ਤੇ ਪਰ ਇਹਦੇ ਵਿੱਚ ਇੱਕ ਹੋਰ ਟੈਕਨੀਕਲ ਪੁਆਇੰਟ ਸਾਡੇ ਡਿਪਾਰਟਮੈਂਟ ਦੇ ਵਿੱਚ ਆ ਰਿਹਾ ਆ ਉਹ ਕਹਿੰਦੇ ਤੁਹਾਨੂੰ 30 ਦਿਨ ਤੋਂ ਵੱਧ ਅਸੀਂ ਫ੍ਰੀ ਨਹੀਂ ਕਰ ਸਕਦੇ 30 ਤੋਂ ਵੱਧ ਫ੍ਰੀ ਨਹੀਂ ਕਰ ਸਕਦੇ ਇੱਕ ਸਾਲ ਦੇ ਵਿੱਚ 30 ਦਿਨ ਫ੍ਰੀ ਕਰਨਾ ਚਾਹੇ ਉਹ ਤੇ ਕੈਂਪ ਲਾ ਲਓ ਚਾਹੇ ਤੁਸੀਂ ਆਪਣੀ ਗੇਮ ਕਰ ਲਓ ਔਰ ਉਹਦੀ ਵਜ੍ਹਾ ਕਰਕੇ ਮੈਂ ਕੈਂਪ ਜੁਆ ਪਰੀ ਮਾੜੀ ਗੱਲ ਹੈ ਨਾ ਇੱਕ ਪਲੇਅਰ ਨੂੰ ਜਿਹੜੇ ਹੈ ਜੇ ਹੁਣ ਜਿਸ ਤਿੱਕਾ ਹੁਣ ਰਾਸ਼ਟ੍ਰ ਮੰਡਲ ਗੇਮਾਂ ਆਈਆਂ ਹਾਂ ਹਾਂਜੀ ਹੁਣ ਸਤੰਬਰ ਦੇ ਵਿੱਚ ਏਸ਼ੀਅਨ ਗੇਮ ਆ ਗਈ ਤਾਂ ਜੇ ਹੁਣ ਪਲੇਅਰ ਦਾ ਇਹ ਕੈਂਪ ਇਹ 30 ਦਿਨ ਦਾ ਲਾਲੇ ਦਾ ਵੱਲ ਜਾਂ ਤੋਂ ਗੇਮ ਛੱਡੇਗਾ ਤੇ ਜਾਂ ਉਹ ਕੈਂਪ ਲਾਏਗਾ ਤੇ ਜੇ ਕੈਂਪ ਨਹੀਂ ਲਾਏਗਾ ਤਾਂ ਉਹਦੀ ਜਿਹੜੀ ਪਰਫਾਰਮੈਂਸ ਉਹ ਪ੍ਰੋਪਰ ਤਰੀਕੇ ਨਾਲ ਉਹ ਨਹੀਂ ਆ ਸਕਦੀ ਬਿਲਕੁਲ ਸਹੀ ਤਾਂ ਤੁਸੀਂ ਕੀ ਚਾਹੁੰਦੇ ਕਿ ਸਰਕਾਰ ਜਾ ਕੇ ਇਹਦੇ ਨਾਲ ਕੋਈ ਰੂਲ ਲਾ ਕੇ ਪੈਂਡ ਕਰੇ ਬਿਲਕੁਲ ਜੀ ਮੈਂ ਵੈਸੇ ਜਿਸ ਦਾ ਮੈਂ ਡਿਪਾਰਟਮੈਂਟ ਦੇ ਵਿੱਚ ਆ ਮੈਂ ਆਪਣੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਸੀ ਤੇ ਪਤਾ ਨਹੀਂ ਕੀ ਹੋਇਆ ਪਹਿਲਾਂ ਜਿਹੜੇ ਡਾਇਰੈਕਟਰ ਸਾਹਿਬ ਸੀਗੇ ਢਿੱਲੋ ਸਾਹਿਬ ਢਿੱਲੋ ਸਾਹਿਬ ਢਿੱਲੋ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਰਦੇ ਸੀ ਅਸੀਂ ਕਰਦੇ ਆ ਉਸ ਤੋਂ ਬਾਅਦ ਚੋ ਚੇਂਜ ਹੋ ਗਿਆ ਜਾਂ ਹੁਣ ਨਵੇਂ ਡਾਇਰੈਕਟਰ ਸਾਹਿਬ ਆਏ ਆ ਇਹਨਾਂ ਨਾਲ ਹਜੇ ਗੱਲ ਨਹੀਂ ਹੋਈ ਹੈ ਹਾਂਜੀ ਢਾਲੀਵਾਲ ਸਾਹਿਬ ਆ ਉਹਨਾਂ ਨਾਲ ਮੇਰੀ ਹਜੇ ਸਪੈਸੀਫਿਕ ਗੱਲ ਨਹੀਂ ਹੋਈ ਹੈਗੀ ਵੀ ਮੈਨੂੰ ਕੀਤਾ ਜਾਵੇ ਜੇ ਅਗਰ ਇਹ ਮੈਨੂੰ ਸਪੋਰਟਸ ਵਾਸਤੇ ਫ੍ਰੀ ਕਰ ਦੇਣਗੇ ਅਗਰ ਮੈਂ ਕੈਂਪ ਜੁਆਇਨ ਕਰਾਂ ਸ਼ੋਰ ਨੇਚਰ ਲੈ ਕੇ ਘਰ ਰਹਿ ਕੇ ਆਪੋ ਟ੍ਰੇਨਿੰਗ ਨਹੀਂ ਕਰ ਸਕਦੇ ਨੀ ਕੈਂਪ ਵਿੱਚ ਕਰ ਸਕਦੇ ਆ ਕਿਉਂਕਿ ਟੈਕਨੀਕਲ ਕੋਚ ਸਾਰੀ ਸਹੂਲਤ ਦਿੰਦੀ ਆ ਟੋਟਲ ਸੱਤ ਕੁਸ਼ਨ ਪੰਜਾਬ ਪੁਲਿਸ ਇਹ ਵੀ ਪੰਜਾਬ ਸਰਕਾਰ ਦਾ ਦਾਹਰਾ ਉਹਨਾਂ ਨੂੰ ਫ੍ਰੀ ਕਰ ਦਿੰਦੇ ਤਾਂ ਤੁਹਾਨੂੰ ਕਿਉਂ ਨਹੀਂ ਸਰ ਇਹ ਮੈਂ ਤਾਂ ਹੁਣ ਡਿਪਾਰਟਮੈਂਟ ਦੱਸ ਸਕਦਾ ਨਹੀਂ ਕਿਉਂ ਮੈਂ ਨਹੀਂ ਦੱਸ ਸਕਦਾ ਅੱਛਾ ਰੇਲੂ ਜੀ ਤੁਸੀਂ ਜਿਹੜੀ ਆ ਹੁਣ ਰਾਸ਼ਟ੍ਰ ਮੰਡਲ ਖੇਡਣ ਨੂੰ ਜਾ ਕੇ ਆਏ ਤੁਸੀਂ ਇਸ ਤੋਂ ਇਲਾਵਾ ਵੀ ਕੋਈ ਜਿਹੜੀ ਹੈ ਪੈਰਾ ਸਪੋਰਟ ਦੀ ਕੋਈ ਅਕੈਡਮੀ ਚਲਾ ਰਹੇ ਹੋ ਬੱਚਿਆਂ ਦੀ ਕੋਈ ਜਾਂ ਕੋਈ ਤੁਹਾਡੇ ਦਿਲ 'ਚ ਇੱਛਾ ਹੈ ਕਿ ਪਲਾਨ ਹੈ ਕਿ ਇਦਾਂ ਦੇ ਜਿਹੜੇ ਹੋਰ ਬੱਚੇ ਹੈਂਡੀਕੈਪਡ ਆ ਉਹ ਇਸ ਗੇਮ ਨੂੰ ਵਾਲਾ ਹੁਣ ਬਿਲਕੁਲ ਜੀ ਸਰ ਜਦੋਂ ਮੈਨੂੰ 2006 ਦੇ ਵਿੱਚ ਅਰਜਨਾਵੜ ਮਿਲਿਆ ਤਾਂ ਅਸੀਂ 7 ਦੇ ਵਿੱਚ ਇੱਕ ਐਸੋਸੀਏਸ਼ਨ ਤਿਆਰ ਕੀਤੀ ਪੰਜਾਬ ਦੀ ਅੱਛਾ ਜੀ ਪੈਰਾ ਪਾਵਰ ਲਿਫਟਿੰਗ ਐਸੋਸੀਏਸ਼ਨ ਨੂੰ ਪੰਜਾਬ ਜੀ ਤੇ ਉਹਦੇ ਵਿੱਚ ਅਸੀਂ ਕੀ ਕੀਤਾ ਵੀ ਜਿਹੜੀ ਮੇਰੀ ਗੇਮ ਵਾਲੇ ਬੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਨ ਲਈ ਬਣਾਈ ਗਈ ਇੱਕ ਥਾਂ ਤੇ ਪਲੇਟਫਾਰਮ ਬਣਾਇਆ ਉਹਨਾਂ ਨੂੰ ਹਾਂ ਜੀ ਤੇ ਫਿਰ ਅਸੀਂ ਇਹ ਦੇਖਿਆ ਵੀ ਹਰੇਕ ਡਿਸੇਬਲ ਪਲੇਅਰ ਉਹ ਪਾਵਰ ਲਿਫਟਿੰਗ ਨਹੀਂ ਕਰ ਸਕਦਾ ਕਰ ਸਕਦਾ ਅਸੀਂ 2008 ਦੇ ਵਿੱਚ ਹਾਂ ਜੀ ਅਸੀਂ ਪੈਰਾ ਸਪੋਰਟਸ ਅਕੈਡਮੀ ਬਣਾਈ ਅੱਛਾ ਜੀ ਇਹ ਗਹੌਰ ਦੇ ਪਿੰਡ ਵਿੱਚ ਆ ਗਹੌਰ ਕਿੱਥੇ ਪੈਂਦਾ ਫਵਾੜਾ ਫਵਾੜਾ ਤੇ ਗੁਰਾਂ ਦੇ ਸੈਂਟਰ ਸੈਂਟਰ ਦੇ ਵਿੱਚ ਪੈਂਦਾ ਹਾਂਜੀ ਉੱਥੇ ਉਹ ਅਸੀਂ ਪੈਰਾਸਪੋਰਟ ਅਕੈਡਮੀ ਨਾਲ 2008 ਦੇ ਵਿੱਚ ਉੱਥੇ ਮੈਂ ਐਜ਼ ਅ ਆਨਰਰੀ ਤੌਰ ਤੇ ਜਦੋਂ ਕਿ ਮੈਂ ਫ੍ਰੀ ਸੀਗਾ 2008 ਦੇ ਵਿੱਚ ਤੇ ਮੈਂ ਉੱਥੇ ਜਾ ਕੇ ਬੱਚਿਆਂ ਨੂੰ ਕੋਚਿੰਗ ਦਿੰਦਾ ਸੀਗਾ ਤੇ ਉਹ ਸਾਡੀ ਅਕੈਡਮੀ ਬਹੁਤ ਦੀ ਆ ਉੱਥੇ ਪਾਵਰ ਲਿਫਟਿੰਗ ਅਸੀਂ ਲਗਾਤਾਰ 5 ਵਾਰ ਨੈਸ਼ਨਲ ਚੈਂਪੀਅਨ ਸਾਡੀ ਟੀਮ ਰਹੀ ਆ ਪੰਜਾਬ ਦੀ ਆਪਣੀ ਦੀ ਔਰ ਉਹਦੇ ਵਿੱਚੋਂ ਸਾਡੇ ਦੋ ਪਲੇਅਰ ਜਿਹੜੇ ਦੋ ਪਲੇਅਰ ਆ ਉਹ ਇੰਟਰ ਨੈਸ਼ਨਲ ਹੋਏ ਐਥਲੈਟਿਕਸ ਦੇ ਵਿੱਚ ਤੇ ਤਿੰਨ ਪਲੇਅਰ ਸਾਡੇ ਇੰਟਰਨੈਸ਼ਨਲ ਦੇ ਉਹਦੇ ਵਿੱਚ ਮਤਲਬ ਹੋ ਚੁੱਕੇ ਆ ਸਾਰੀਆਂ ਕੀਮਤਾਂ ਦੇ ਨਾਲ ਮਿਕਸ ਜਿਹੜੇ ਪਲੇਅਰ ਇਕੱਠੇ ਕੀਤੇ ਸੀ ਅਸੀਂ ਇਹ ਮੰਨਣਾ ਆ ਕਿ ਜੇ ਅਗਰ ਕੋਈ ਡਿਸੇਬਲ ਪਹਿਲਾਂ ਤੋਂ ਹੋਣਾ ਨਹੀਂ ਚਾਹੀਦਾ ਕੋਈ ਡਿਸੇਬਿਲਟੀ ਆ ਇੱਕ ਬਹੁਤ ਹੀ ਵੱਡਾ ਕਲੀਏ ਉਹ ਹੈਗਾ ਆ ਦੁਕਾਨ ਤਾਂ ਇਹ ਬੇਖੋਲ ਦੁਕਾਨ ਤਾਂ ਤੇ ਅਗਰ ਜੇ ਹੁੰਦਾ ਆ ਸਾਡਾ ਮੇਰਾ ਇਹ ਮੰਨਣਾ ਕਿ ਉਹਨੂੰ ਸਪੋਰਟਸ ਵਿੱਚ ਲਿਆਵਿਆ ਪਰ ਸਪੋਰਟਸ ਦੇ ਵਿੱਚ ਵੀ ਕੱਲੀ ਇੱਕ ਗੇਮ ਹਰੇਕ ਬੰਦੇ ਲਈ ਨਹੀਂ ਹੁੰਦੀ ਉਹਦਾ ਫਿਜ਼ੀਕਲ ਸਟਰਕਚਰ ਕਿ ਹੋ ਜਾ ਉਹ ਉਸ ਤਰੀਕੇ ਨਾਲ ਬੱਖੇ ਬੱਖੇ ਮੰਨੀਆਂ ਉਹਦੇ ਕਰਕੇ ਪੈਰਾ ਸਪੋਰਟਸ ਘੜ ਬਣਾਈ ਆ ਉਹਦੇ ਵਿੱਚ ਅਸੀਂ ਬੇਸਿਕ ਨੋਲੇਜ ਹਰੇ ਗੇਮ ਦੀ ਦਈਦੀ ਆ ਉਸ ਤੋਂ ਬਾਅਦ ਵਿੱਚ ਉਸ ਗੇਮ ਦਾ ਮਾਹਰ ਲੱਭ ਕੇ ਉਹਨੂੰ ਉਹ ਪ੍ਰੋਵਾਈਡ ਕਰਾਈਦਾ ਜਿਦਾਂ ਕਿ ਪਾਵਰ ਲਿਫਟਿੰਗ ਮੈਂ ਕਰਵਾ ਦੇਣਾ ਐਥਲੈਟਿਕਸ ਦੇ ਵਿੱਚ ਅਸੀਂ ਅਲੱਗ-ਅਲੱਗ ਆਪਣੇ ਕੋਚਸ ਦੀ ਸਲਾਹ ਲੈ ਲਈ ਦੀ ਜਾਂ ਉਹਨਾਂ ਤੋਂ ਬਾਅਦ ਹੀ ਲੈ ਲਈ ਕੋਈ ਸਰਕਾਰੀ ਐਡ ਹੈਗੀ ਕਿ ਉਹ ਪ੍ਰਾਈਵੇਟ ਬੰਦੇ ਜਿਹੜੇ ਸਰਕਾਰੀ ਐਡ ਜਿਹਦਾ ਜੋ ਚੜੀ ਅਕੈਡਮੀ ਚੱਲ ਰਹੀ ਹੋ ਇੱਕ ਪ੍ਰਾਈਵੇਟ ਮਤਲਬ ਜਗ੍ਹਾ ਦੇ ਵਿੱਚ ਚੱਲ ਰਹੀ ਆ ਪ੍ਰਾਈਵੇਟ ਤੌਰ ਤੇ ਚੱਲ ਰਹੀ ਆ ਸਰਕਾਰੀ ਐਡ ਇੰਨੀ ਹੈਗੀ ਆ ਕਿ ਜਦੋਂ ਮੈਨੂੰ ਨੀ 2010 ਦੇ ਵਿੱਚ ਸਪੋਰਟਸ ਡਿਪਾਰਟਮੈਂਟ ਵਿੱਚ ਕੋਚ ਨਿਯੁਕਤ ਕੀਤਾ ਅੱਛਾ ਜੀ ਤੇ ਸਾਡੀ ਉਹ ਰਿਕੁਐਸਟ ਦੇ ਉੱਤੇ ਮੈਨੂੰ ਉਸੇ ਹੀ ਅਕੈਡਮੀ ਦੇ ਵਿੱਚ ਕੋਚ ਬਣਦਾ ਸੀ ਇਹ ਉਹਨਾਂ ਮਤਲਬ ਸਰਕਾਰੀ ਐਡ ਸਾਨੂੰ ਮਿਲ ਰਹੀ ਆ ਇਸ ਤੋਂ ਬਿਨਾ ਉਹ ਹੋਰ ਕੋਈ ਹੈ ਨਹੀਂ ਕੋਈ ਜੇ ਆਪਾਂ ਅਸੀਂ ਮੰਗ ਵੀ ਕੀਤੀ ਸੀਗੀ ਵੀ ਜਿੱਦਾਂ ਵਿੰਗ ਦਿੱਤੇ ਜਾਂਦੇ ਆ ਕਾਲਜਾਂ ਸਕੂਲਾਂ ਨੂੰ ਤੇ ਸਾਡੀ ਅਕੈਡਮੀ ਸਿੱਟਾ ਸਿੱਟਾ ਤੁਹਾਨੂੰ ਵੀ ਲੋਟ ਕਰਨ ਸਾਨੂੰ ਵੀ ਸਿੱਟਾ ਲੋਟ ਹੁਣ ਪੈਸੀ ਜਿਹੜੇ ਮੈਰਿਟ ਦੇ ਆਧਾਰ ਤੇ ਬੱਚੇ ਉੱਥੇ ਸੀ ਰੱਖ ਕੇ ਜਾਂ ਮੰਡੇਲੀ ਬੇਸਿਸ ਤੇ ਜਿੱਦਾਂ ਵੀ ਆ ਉਹ ਅਸੀਂ ਉੱਤੇ ਰੱਖ ਕੇ ਟ੍ਰੇਨ ਕਰ ਸਕੀਏ ਹੁਣ ਤੱਕ ਅੱਜ ਤੱਕ ਦਾ ਤੁਹਾਡਾ ਜਿਹੜਾ ਕਿਹੜੇ ਕਿਹੜੇ ਟੂਰਨਾਮੈਂਟ ਮੇਜਰ ਟੂਰਨਾਮੈਂਟ 올림픽 ਹੋਈ ਏਸ਼ੀਅਨ ਗੇਮ ਹੋਈਆਂ ਕਿਹੜੀਆਂ ਤੁਸੀਂ ਲੜੀਆਂ ਇਹਨਾਂ ਦੇ ਵਿੱਚ ਇਦਾਂ ਜੀ ਕਿ ਮੈਂ 2004 ਦੇ ਵਿੱਚ ਪਹਿਲੀ ਜੀ ਪੈਰਾ ਗੇਮ ਜਿਹੜੀਆਂ ਹੋਈਆਂ ਪੈਰਾ 올림픽 ਗੇਮਸ ਐਥेंस ਅੱਛਾ ਗ੍ਰੀਸ ਦੇ ਵਿੱਚ ਹੋਈਆਂ ਸੀਗੀਆਂ 2004 ਚ ਪਹਿਲੀ ਮੈਂ ਉਹ ਲੜੀਆ ਉਹਦੇ ਵਿੱਚ ਮੇਰਾ ਹਿਸਟੋਰੀਕ ਬ੍ਰੌਂਜ਼ ਮੈਡਲ ਪਿਆ ਜਿਹੜਾ ਕਿ ਪਾਵਰ ਲਿਫਟਿੰਗ ਦੇ ਵਿੱਚ ਇੱਕੋ ਹੀ ਆ ਕਿਹਾ ਇੱਕੋ ਹੀ ਆ ਹੁਣ ਤੱਕ ਦਾ ਹਾਂਜੀ ਉਸ ਤੋਂ ਬਾਅਦ ਬੀਜਿੰਗ ਦੇ ਵਿੱਚ ਵੀ ਮੈਂ ਪਾਰਟਿਸਪੇਟ ਕੀਤਾ ਸੀ ਉੱਥੇ ਮੇਰੀ 5ਥ ਪਲੇਸ ਸੀਗੀ ਔਰ ਲੰਡਨ ਦੇ ਵਿੱਚ ਜਸਟ ਪਾਰਟਿਸਪੀਸੇਸ਼ਨ ਸੀ ਲੰਡਨ ਪੈਰਾਓਲੰਪਿਕ ਗੇਮਸ ਸੀਗਾ ਇਸੇ ਤਰੀਕੇ ਨਾਲ ਮੈਂ ਤੀਸਰੀ ਮੇਰੀ ਇਹ ਕਾਮਨਵੈਲਥ ਗੇਮਾਂ ਸੀਗੀਆਂ ਪਹਿਲੀਆਂ ਮੈਲਬੌਰਨ 2006 ਦੇ ਵਿੱਚ ਉੱਥੇ 6ਥ ਪਲੇਸ ਸੀਗੀ ਔਰ ਦਿੱਲੀ ਕਾਮਨਵੈਲਥ ਵਿੱਚ ਉੱਥੇ 4ਥ ਪਲੇਸ ਸੀ ਤੇ ਹੁਣ ਇੰਪਰੂਵ ਕੀਤਾ ਹਾਂਜੀ ਇੰਪਰੂਵ ਕੀਤਾ ਤੇ ਇੱਥੇ ਮੈਂ ਸੈਕੰਡ ਤੇ ਤਿੰਨ ਹੀ ਏਸ਼ੀਆ ਜਿਹੜੀਆਂ ਪੈਰਾਏਸ਼ੀਅਨ ਗੇਮਸ ਆ ਉਹ ਮੇਰੀ ਤੀਜੀ ਇਹ ਜਿਹੜੀ 1 ਅਕਤੂਬਰ ਵਿੱਚ ਸਾਡੀ ਹੋ ਰਹੀ ਆ ਹਾਂਜੀ ਤੇ ਉਹ ਮੈਂ ਤੀਸੀ ਖੇਡਣ ਜਾ ਰਿਹਾ ਜਿਹੜੀ ਹੁਣ ਸਤੰਬਰ ਚ ਹੋ ਰਹੀ ਹੈ ਬਿਲਕੁਲ ਜੀ ਉਹ ਜਾ ਰਿਹਾ ਟੋਟਲ ਮਲਾ ਕੇ ਹਾਂਜੀ ਮੇਰੇ ਕੋ 12 13 ਇੰਟਰਨੈਸ਼ਨਲ ਮੈਡਲ ਦਾ ਉਹ ਇੰਟਰਨੈਸ਼ਨਲ ਲੈਵਲ ਦਾ ਕਾਫੀ ਤਜਰਬਾ ਤੁਹਾਡਾ ਹੋ ਗਿਆ ਹਾਂ ਸਰ ਚਲੋ ਸਟੂਡੀਓ ਹੋਰ ਤੁਸੀਂ ਅੱਜ ਦੇ ਜਿਹੜੇ ਨੌਜਵਾਨ ਜਿਹੜੇ ਆ ਦੇਖੋ ਇਹ ਪੈਰਾਸਪੋਰਟ ਦੇ ਜਿਹੜੇ ਆ ਪਲੇਅਰ ਆ ਇਹਨਾਂ ਕੁਝ ਕਰ ਰਹੇ ਦੇਖ ਲਈ ਜਿਹੜੇ ਉਧਾਂ ਨੌਜਵਾਨ ਜਿਹੜੇ ਹੈਗੇ ਉਹਨਾਂ ਵਾਸਤੇ ਕੀ ਸੰਦੇਸ਼ ਦੋਗੇ ਵੀ ਤੁਸੀਂ ਜ਼ਰੂਰੀ ਨਹੀਂ ਵੀ ਆਪਣੀ ਹੈਲਥ ਵਾਸਤੇ ਉਹਨਾਂ ਦਾ ਤੁਹਾਡਾ ਕੀ ਕੀ ਸੰਦੇਸ਼ ਹੈ ਦੇਖੋ ਜੀ ਹੈਲਥ ਤਾਂ ਜੇ ਸਿਹਤ ਹੀ ਆਪਣੀ ਸਹੀ ਆ ਤਾਂ ਫੇਰ ਹੀ ਆਪਾਂ ਨੂੰ ਬਾਕੀ ਸਾਰੀ ਦੁਨੀਆ ਸਾਰੀ ਚੀਜ਼ ਸਹੀ ਲੱਗਦੀ ਆ ਇਸ ਕਰਕੇ ਸਭ ਦਾ ਪਹਿਲਾਂ ਤਾਂ ਸਭ ਦਾ ਇਹੀ ਬਣਦਾ ਕਿ ਆਪਣੀ ਸਿਹਤ ਨੂੰ ਠੀਕ ਰੱਖਿਆ ਜਾਵੇ ਸਿਹਤ ਠੀਕ ਰੱਖਣ ਦੇ ਨਾਲ ਨਾਲ ਅਗਰ ਉਹ ਸਪੋਰਟਸ ਵੱਲ ਨੂੰ ਆਉਂਦੇ ਆ ਤੇ ਬੈਸਟ ਅਗਰ ਨਹੀਂ ਸਪੋਰਟਸ ਵੱਲ ਨੂੰ ਆਉਣਾ ਐਜੂਕੇਸ਼ਨ ਜਾਣਾ ਹੋਰ ਕਿਸੇ ਲਾਈਨ ਖੇਤਰ ਫੀਲਡ ਵਿੱਚ ਜਾਣਾ ਤੇ ਉਹਦੇ ਵਾਸਤੇ ਵੀ ਆਪਾਂ ਨੂੰ ਜਸਟ ਫਿਟਨੈਸ ਤਾਂ ਰੱਖਣੀ ਪੈਣੀ ਔਰ ਫਿਟਨੈਸ ਜਿਹੜੀ ਆ ਤੇ ਉਹ ਬਿਲਕੁਲ ਨਸ਼ੇ ਕਰਕੇ ਨਹੀਂ ਹੋਣੀ ਜਿੱਦਾਂ ਕਿ ਹੁਣ ਆਪਣਾ ਪੰਜਾਬ ਦਾ ਹਜੇ ਮਾਹੌਲ ਚੱਲ ਰਿਹਾ ਆ ਜੀ ਕਾਫੀ ਉਦਾਂ ਵੈਸੇ ਹੁਣ ਹੋ ਰਿਹਾ ਆ ਤੇ ਪਰ ਹਜੇ ਹੈ ਹਜੇ ਹੈ ਚੇਂਜ ਕਰਨ ਦੀ ਲੋੜ ਹੈ ਚੇਂਜ ਦੀ ਲੋੜ ਬਹੁਤ ਆ ਪਰ ਉਹ ਵੀ ਰਹਾ ਹਲ-ਕਲਕਾ ਤੇ ਉਹ ਮੈਂ ਚਾਹਣਾ ਉਹ ਉਹਨਾ ਆਪਣੇ ਭਰਾਵਾਂ ਨੂੰ ਇਹ ਸੰਦੇਸ਼ ਹੀ ਦੇਣਾ ਚਾਹਣਾ ਕਿ ਉਹ ਨਸ਼ਿਆਂ ਦੇ ਵਿੱਚ ਕੁਝ ਨਹੀਂ ਆਖਿਆ ਨਸ਼ਿਆਂ ਵਿੱਚ ਤਾਂ ਅਸੀਂ ਆਪਣੇ ਘਰ ਦੇ ਨਾਲੋਂ ਦੂਰ ਹੋ ਜਾਂਦੇ ਆ ਜਾਂ ਅਸੀਂ ਆਪਣੇ ਘਰ ਦੇ ਆ ਉਹ ਵੀ ਸਾਨੂੰ ਪਛਾਣਨ ਤੋਂ ਮਨਾ ਕਰ ਦਿੰਦੇ ਆ ਜਾਂ ਪਰਹੁੰਦਿੰਦੇ ਤੇ ਸਪੋਰਟਸ ਦੇ ਖੇਤਰ ਚ ਜਾਓ ਜਾ ਕਿਸੇ ਫੀਲਡ ਵਿੱਚ ਵਧੀਆ ਕਰੋ ਆਊਟਸਟੈਂਡਿੰਗ ਪਰਫਾਰਮੈਂਸ ਅਗਰ ਤੁਹਾਡੀ ਹੈਗੀ ਆ ਤਾਂ ਤੁਹਾਨੂੰ ਇੱਕ ਵਧੀਆ ਰਿਕਗਨੀਸ਼ਨ ਮਿਲੇਗੀ ਇੱਕ ਪਛਾਣ ਮਿਲੇਗੀ ਇੱਕ ਆਤਮ ਸਨਮਾਨ ਮਿਲੇਗਾ ਬਿਲਕੁਲ ਠੀਕ ਤੇ ਮੈਂ ਬੇਨਤੀ ਕਰਨਾ ਚਾਹਾਂ ਸਾਰਿਆਂ ਨੂੰ ਕਿ ਆ ਕੇ ਵੀ ਸਪੋਰਟਸ ਕਰੋ ਜਾਂ ਕਿਸੇ ਫੀਲਡ ਵਿੱਚ ਵਧੀਆ ਕਰੋ ਰਲੋ ਜੀ ਤੁਸੀਂ ਸਾਡੇ ਸਟੂਡੀਓ 'ਚ ਆਏ ਬਹੁਤ ਬਹੁਤ ਧੰਨ ਧੰਨਵਾਦ ਤੁਹਾਡਾ ਬਹੁਤ ਥੈਂਕਸ ਥੈਂਕਿਊ ਬਿਲਕੁਲ